ਹੈਲੋ एवरीवन वेलकम और वेलकम बैक टू माय चैनल सो आज अपना सोशियोलॉजी ਦਾ ਟਾਪਿਕ ਹੈ ਸੋਸ਼ਲ ਡਿਫਰੈਂਸੀਏਸ਼ਨ ਸਮਾਜਿਕ ਵਿਭੇਦੀਕਰਨ ਜਾਂ ਫਿਰ ਸਮਾਜਿਕ ਵਿਖਰੇਵਾ ਜਿਹੜਾ ਹੈ ਕੀ ਹੁੰਦਾ ਇਸ ਤੋਂ ਪਹਿਲਾਂ ਵੀਡੀਓ ਸੀਗੀ ਸੋਸ਼ਲ ਸਟੈਟੀਫਿਕੇਸ਼ਨ ਦੇ ਉੱਤੇ ਤਾਂ ਕਈ ਵਾਰ ਸੋਸ਼ਲ ਸਟੈਟੀਫਿਕੇਸ਼ਨ ਦੇ ਸੋਸ਼ਲ ਡਿਫਰੈਂਸੀਏਸ਼ਨ ਜਿਹੜਾ ਹੈਗਾ ਪੇਪਰ ਦੇ ਵਿੱਚ ਆ ਜਾਂਦਾ ਇਹਨਾਂ ਦਾ ਡਿਫਰੈਂਸ ਸੋ ਕਿੱਦਾਂ ਆਪਾਂ ਨੇ ਉਹ ਅਟੈਂਪਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਸੋਸ਼ਲ ਸਟੈਟੀਫਿਕੇਸ਼ਨ ਦੇ ਬਾਰੇ ਥੋੜਾ ਜਿਹਾ ਲਿਖ ਕੇ ਮੀਨਿੰਗ ਤੇ ਇੱਕ ਦੀ ਡਿਫੀਨੇਸ਼ਨ ਦੈਨ ਕੈਰੈਕਟਿਸਟਿਕਸ ਲਾਈਨਾਂ ਦੇ ਵਿੱਚ ਬਣਾ ਕੇ ਲਿਖ ਦੇਣੀ ਹੈ ਫਿਰ ਉਸ ਤੋਂ ਬਾਅਦ ਸੋਸ਼ਲ ਡਿਫਰੈਂਸ਼ੀਏਸ਼ਨ ਦਾ ਵੀ ਇਦਾਂ ਹੀ ਲਿਖਣਾ ਹੈ ਠੀਕ ਹੈ ਡਿਫੀਨੇਸ਼ਨ ਵਗੈਰਾ ਮੀਨਿੰਗ ਵਗੈਰਾ ਥੋੜੇ ਇੰਟਰੋਡਕਸ਼ਨ ਤੇ ਵਿਸ਼ੇਸ਼ਤਾਵਾਂ ਫਿਰ نیچے ਇੱਕ ਪੈਰਾ ਜਿਹੜਾ ਹੈ ਇਹਨਾਂ ਦੇ ਜਿਹੜਾ ਹੈ ਵਖਰੇਵੇਂ ਦਾ ਆਪਾਂ ਨੇ ਲਿਖ ਦੇਣਾ ਕਿ ਇਹਨਾਂ 'ਚ ਆਹ ਫਰਕ ਜਿਹੜਾ ਹੈ ਪਾਇਆ ਜਾਂਦਾ ਠੀਕ ਹੈ ਇਸ ਤੋਂ ਇਲਾਵਾ ਮੇਰੇ ਚੈਨਲ ਦੇ ਉੱਤੇ ਹੋਰ ਵੀ ਕਾਫੀ ਸਾਰੀਆਂ ਵੀਡੀਓਜ਼ ਸੋਸ਼ੀਓਲੋਜੀ ਦੀਆਂ ਅਵੇਲੇਬਲ ਨੇ ਪਲੱਸ ਕਾਫੀ ਸਾਰੇ ਹੋਰ ਵੀ ਸਬਜੈਕਟ ਦੇ ਟੀਚਿੰਗ ਵੀਡੀਓਜ਼ ਅਵੇਲੇਬਲ ਨੇ ਚੈੱਕ ਆਊਟ ਜ਼ਰੂਰ ਕਰਿਓ ਇੰਪੋਰਟੈਂਟ ਕੁਐਸਚਨ ਵੀ ਜਿਹੜੇ ਪੇਪਰ ਦੇ ਵਿੱਚ ਆਉਂਦੇ ਨੇ ਮੈਂ ਅਪਲੋਡ ਕਰ ਦਿੱਤੇ ਨੇ ਪਲੱਸ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਵੀ ਤੁਹਾਨੂੰ ਮੇਰੇ ਚੈਨਲ ਦੇ ਉੱਤੋਂ ਲੱਭ ਜਾਣਗੇ ਪਲੇਲਿਸਟ ਆਲਰੇਡੀ ਬਣੀ ਹੋਈ ਹੈ ਬਾਕੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮੈਂ ਪਿੰਨ ਕਰ ਦਾਂਗੀ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਪੋਰਟ ਕਰੋ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਤਾਂ ਆਪਾਂ ਨੇ ਪਿਛਲੇ ਵੀਡੀਓ 'ਚ ਜਾਣਿਆ ਕਿ ਸਮਾਜਿਕ ਛਤਰੀਕਰਨ ਹੁੰਦਾ ਕੀ ਹੈ ਛਤਰੀਕਰਨ ਮਤਲਬ ਜਦੋਂ ਸਮਾਜ ਦੇ ਅੰਦਰ ਤਾਹਾਂ ਬਣੀਆਂ ਹੋਈਆਂ ਹੋਣ ਤਾਹਾਂ ਇਨ ਦਾ ਸੈਂਸ ਕਿ ਕੋਈ ਉੱਚਾ ਹੋਵੇ ਕੋਈ ਨੀਵਾ ਹੋਵੇ ਕਿਸੇ ਦਾ ਵਰਗ ਉੱਚਾ ਕਿਸੇ ਦਾ ਨੀਵਾ ਵਰਗ ਹੋ ਗਿਆ ਜਾਤ ਪੱਤ ਪਾਈ ਜਾ ਰਹੀ ਹੈ ਲਿੰਗ ਭੇਦਭਾਵ ਪਾਇਆ ਜਾ ਰਿਹਾ ਹੈ ਉਮਰ ਦੇ ਤੌਰ ਤੇ ਵਖਰੇਵਾ ਪਾਇਆ ਜਾ ਰਿਹਾ ਹੈ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਮਾਜਿਕ ਛਤਰੀਕਰਨ ਕਹਿੰਦੇ ਹਾਂ ਠੀਕ ਹੈ ਤਾਂ ਸਮਾਜਿਕ ਵਿਭੇਦੀਕਰਨ ਦੇ ਵਿੱਚ ਕੀ ਹੈਗਾ ਕਿ ਜਿੰਨੇ ਆਪਣੇ ਸਮਾਜ ਦੇ ਅੰਦਰ ਵੱਖਰੇਵੇਂ ਇੱਕ ਚੀਜ਼ ਦੂਜੀ ਚੀਜ਼ ਤੋਂ ਕਿੱਦਾਂ ਪਿੰਨਾ ਠੀਕ ਹੈ ਇੱਕ ਅਗਰ ਜਾਤ ਹੈ ਤਾਂ ਦੂਜੀ ਤੋਂ ਕਿਵੇਂ ਪਿੰਨਾ ਇਹੀ ਆਪਾਂ ਜਿਹੜਾ ਹੈ ਪੜਾਂਗੇ ਇੰਟਰੋਡਕਸ਼ਨ ਜਿਹੜਾ ਹੈ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਆਪਣੀਆਂ ਲੋੜਾਂ ਲਈ ਸਮਾਜ ਦੇ ਉੱਤੇ ਨਿਰਭਰ ਹੈ ਸਮਾਜ ਤੋਂ ਬਿਨਾ ਉਹ ਰਹਿ ਨਹੀਂ ਸਕਦਾ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਮਾਜ ਉਸ ਨੂੰ ਰਹਿਣਾ ਹੀ ਰਹਿਣਾ ਪੈਂਦਾ ਹੈ ਉਸ ਦੀ ਸਥਿਤੀ ਅਤੇ ਭੂਮਿਕਾ ਸਮਾਜ ਵਿੱਚ ਨਿਸ਼ਚਿਤ ਹੁੰਦੀ ਹੈ ਵਿਅਕਤੀ ਦੀ ਸਥਿਤੀ ਅਤੇ ਭੂਮਿਕਾ ਅਲੱਗ-ਅਲੱਗ ਹੁੰਦੀ ਹੈ ਦੇਖੋ ਜਿਵੇਂ ਦੀ ਉਹ ਸਥਿਤੀ ਸਟੇਟਸ ਉਸ ਦਾ ਮਿਲਿਆ ਹੋਇਆ ਉਸ ਅਕੋਰਡਿੰਗ ਉਹ ਰੋਲ ਪਲੇ ਕਰੇਗਾ ਭੂਮਿਕਾ ਪਲੇ ਕਰੇਗਾ ਹੁਣ ਦਾ ਸਮਾਜ ਬੜਾ ਕੰਪਲੈਕਸ ਹੈ ਗੁੰਝਲਦਾਰ ਹੈ ਪਹਿਲਾਂ ਸਮਾਜ ਜਿਹੜੇ ਸੀ ਬਹੁਤ ਆਸਾਨ ਹੁੰਦੇ ਸੀਗੇ ਲਿਮਿਟਿਡ ਜਿਹੜੀਆਂ ਸੀ ਨੀਡਸ ਹੁੰਦੀਆਂ ਸੀ ਡਿਜ਼ਾਇਰਸ ਤਾਂ ਹੁੰਦੀਆਂ ਹੀ ਨਹੀਂ ਸੀ ਪਰ ਹੁਣ ਆਪਣੀਆਂ ਅਨਲਿਮਿਟਿਡ ਨੀਡਸ ਤੇ ਡਿਜ਼ਾਇਰਸ ਆ ਗੁੰਝਲਦਾਰ ਕੰਪਲੈਕਸ ਜਿਹੜਾ ਹੈਗਾ ਸਮਾਜ ਹੈ ਇਸ ਵਿੱਚ ਬਹੁਤ ਵਖਰੇਵਾ ਪਾਇਆ ਜਾਂਦਾ ਹੈ ਇਸੇ ਵੀ ਵਖਰੇਵੇਂ ਨੂੰ ਵਿਭੇਦੀਕਰਨ ਕਿਹਾ ਜਾਂਦਾ ਹੈ ਮੀਨਿੰਗ ਦੀ ਗੱਲ ਕਰੀਏ ਸਮਾਜਿਕ ਵੱਖਰੇਵਾਂ ਤੋਂ ਭਾਵ ਹੈ ਕਿ ਜਦੋਂ ਸਮਾਜ ਵਿੱਚ ਵਿਭਿੰਨ ਵਿਭਿੰਨ ਸਮੂਹ ਹੁੰਦੇ ਨੇ ਅਤੇ ਇਹ ਦੂਜੇ ਤੋਂ ਇੱਕ ਦੂਜੇ ਤੋਂ ਅਲੱਗ ਹੁੰਦੇ ਨੇ ਤਾਂ ਇਹਨੂੰ ਵੱਖਰੇ ਸਮਾਜਿਕ ਵੱਖਰੇਵਾਂ ਵਿਭੇਦਿਕरण ਕਿਹਾ ਜਾਂਦਾ ਹੈ ਇਹ ਦੋ ਸ਼ਬਦਾਂ ਤੋਂ ਬਣਿਆ ਹੈ ਸਮਾਜਿਕ ਪਲੱਸ ਵਿਭੇਦਿਕरण ਸਮਾਜਿਕ ਦਾ ਮਤਲਬ ਜਿਹੜਾ ਸਮਾਜ ਦੇ ਨਾਲ ਸੰਬੰਧਿਤ ਹੋਵੇ ਵਿਭੇਦਿਕरण ਵੱਖਰੇਵਾਂ ਅਲੱਗ-ਅਲੱਗ ਹੋਣਾ ਤਾਂ ਇਸ ਤਰ੍ਹਾਂ ਜਦੋਂ ਸਮਾਜ ਵਿੱਚ ਕਿਸੇ ਵੀ ਕਿਸਮ ਦਾ ਲਗਾਅ ਵਖਰੇਮਾ ਵਿਪੇਦ ਪਾਇਆ ਜਾਂਦਾ ਹੈ ਉਸੇ ਨੂੰ ਹੀ ਸਮਾਜਿਕ ਵਿਪੇਦੀਕਰਨ ਕਿਹਾ ਜਾਂਦਾ ਹੈ ਡੈਫੀਨੇਸ਼ਨ ਜਿਹੜੀਆਂ ਵੀ ਤੁਹਾਨੂੰ ਸਾਨ ਲੱਗਦੀਆਂ ਦੋ ਤਾ ਯਾਦ ਪੱਕੀਆਂ ਹੀ ਆਪਾਂ ਨੇ ਕਰਨੀਆਂ ਨੇ ਅਗਰ ਜ਼ਿਆਦਾ ਹੋ ਜਾਂਦੀਆਂ ਤਾਂ ਜ਼ਿਆਦਾ ਵੀ ਕਰ ਸਕਦੇ ਹੋ ਹਰਬਰਟ ਸਪੈਂਸਰ ਕਹਿ ਰਹੇ ਹਨ ਕਿ ਇਸ ਪ੍ਰਕਿਰਿਆ ਨਾਲ ਸਮਾਜ ਸਰਲਤਾ ਤੋਂ ਜਟਿਲਤਾ ਸਮਰੂਪਤਾ ਤੋਂ ਪਿੰਤਾ ਵੱਲ ਵਿਕਸਿਤ ਹੁੰਦਾ ਹੈ ਸਰਲ ਕਿਹੜਾ ਹੋ ਗਿਆ ਆਸਾਨ ਵਾਲਾ ਸਮਾਜ ਸੀ ਜਿਹੜਾ ਠੀਕ ਹੈ ਲਿਮਟਡ ਨੀਡ ਸੀ ਜਟਿਲ ਜਿਹੜਾ ਹੁਣ ਵਾਲਾ ਆਪਣੀਆਂ ਨੀਡਸ ਜਿਹੜੀ ਕਦੇ ਖਤਮ ਹੀ ਨਹੀਂ ਹੁੰਦੀਆਂ ਸਮਰੂਪ ਜਿਹੜੇ ਸਾਰੇ ਹੋਮੋਜੀਨੀਅਸ ਆ ਮਤਲਬ ਕਿ ਸਿਮਿਲਰ ਜੀ ਨੇ ਸਿਮਿਲਰ ਉਹਨਾਂ ਦੀਆਂ ਨੀਡਸ ਆ ਇਸ ਤੋਂ ਆਪਾਂ ਕੀ ਆ ਗਏ ਆ ਪਿੰਤਾ ਹੈਟਰੋਜੀਨੀਅਸ ਦੇ ਵੱਲ ਹੁਣ ਆਪਾਂ ਸਮਰੂਪ ਨਹੀਂ ਹੈਗੇ ਆਪਾਂ ਜਿਹੜੇ ਹੈਗੇ ਨੇ ਅਲਗਾ ਡਰਖਾਈਮ ਕਹ ਰਹੇ ਨੇ ਆਧੁਨਿਕ ਸਮਾਜ ਮਨੁੱਖੀ ਕਾਰਜਾ ਦੀ ਪਿੰਤਾ ਦੀ ਦੇਣ ਹੈ ਅਤੇ ਸਪੈਂਸਰ ਅਨੁਸਾਰ ਆਧੁਨਿਕ ਸਮਾਜ ਵਿੱਚ ਪ੍ਰਵੇਸ਼ ਕਰਨ ਦਾ ਮੁੱਖ ਕਾਰਨ ਵਿਸ਼ੇਸ਼ੀਕਰਨ ਅੱਦੇ ਕੰਮ ਦੀ ਵੰਡ ਹੀ ਹੈ ਕੈਰੈਕਟਿਸਟਿਕਸ ਨੂੰ ਬਣਾਂਗੇ ਸੋਸ਼ਲ ਡਿਫਰੈਂਸ਼ੀਏਸ਼ਨ ਦੇ ਵਿਸ਼ੇਸ਼ਤਾਵਾਂ ਕਿਹੜੀਆਂ ਸਭ ਤੋਂ ਪਹਿਲਾਂ ਤਾਂ ਜਿਵੇਂ ਸਮਾਜਿਕ ਛਤਰੀਕਰਨ ਸਮਾਜਾ ਚ ਪਾਇਆ ਜਾਂਦਾ ਉਦਾਂ ਹੀ ਸੋਸ਼ਲ ਡਿਫਰੈਂਸ਼ੀਏਸ਼ਨ ਵੀ ਸਮਾਜਾ ਚ ਪਾਇਆ ਜਾਂਦਾ ਹਰ ਇੱਕ ਸਮਾਜ ਚ ਸਭ ਤੋਂ ਵਿਆਪਕ ਇਹ ਹੁੰਦਾ ਹੈ ਸਮਾਜਿਕ ਵਿਭੇਦੀਕਰਨ ਦੀ ਪ੍ਰਕਿਰਿਆ ਹਰ ਸਮਾਜ ਵਿੱਚ ਪਾਈ ਜਾਂਦੀ ਹੈ ਭਾਰਤੀ ਸਮਾਜ ਵਿੱਚ ਔਰਤਾਂ ਨੂੰ ਪਰਦੇ ਦੇ ਕੰਮ ਸੌਪੇ ਜਾਂਦੇ ਨੇ ਘਰ ਦੇ ਘਰ ਦੇ ਕੰਮ ਸੌਪੇ ਜਾਂਦੇ ਨੇ ਠੀਕ ਹੈ ਪਰਦੇ ਅੰਦਰ ਰਹਿ ਕੇ ਉਹ ਕੰਮ ਕਰਦੀ ਹੈ ਮਰਦ ਬਾਹਰ ਦਾ ਕੰਮ ਕਰਦੇ ਨੇ ਬਾਹਰ ਜਾ ਕੇ ਕੰਮ ਕਰਦੇ ਨੇ ਇਹ ਵਖਰੇਵਾ ਜਿਹੜਾ ਹੈ ਲਿੰਗ ਦੇ ਆਧਾਰ ਤੇ ਕੀਤਾ ਜਾਂਦਾ ਹੈ ਇਹ ਵਖਰੇਵਾ ਹਰ ਸਮਾਜ ਵਿੱਚ ਪਾਇਆ ਜਾਂਦਾ ਹੈ ਐ ਨਹੀਂ ਹੈ ਕਿ ਆਪਣੇ ਇੰਡੀਅਨ ਸੋਸਾਇਟੀ ਵਿੱਚ ਪਾਇਆ ਜਾਂਦਾ ਤਾਂ ਇਹ ਹਰ ਸਮਾਜ ਵਿੱਚ ਪਾਇਆ ਜਾਂਦਾ ਹੈ ਇਹ ਲਿੰਗ ਭੇਦਭਾਵ ਹੋਰ ਵੀ ਬਹੁਤ ਸਾਰੇ ਵਿਭੇਦਿਕरण ਸਮਾਜ ਵਿੱਚ ਪਾਈ ਜਾਂਦੇ ਨੇ ਚੇਤਨ ਪਰਿਕਿਰਿਆ ਹੈਗੀ ਹੈ ਸਮਾਜ ਵਿੱਚ ਵਿਭੇਦੀ ਕਰਨ ਦੀ ਦੂਜੀ ਇਹ ਵਿਸ਼ੇਸ਼ਤਾ ਹੈ ਕਿ ਇਹ ਚੇਤਨ ਪਰਿਕਿਰਿਆ ਕੌਨਸ਼ੀਅਸਨੈਸ ਅਸੀਂ ਮਹਿਸੂਸ ਕਰਦੇ ਹਾਂ ਅਸੀਂ ਆਪਣੇ ਰੋਲ ਨੂੰ ਲੈ ਕੇ ਸਟੇਟਸ ਨੂੰ ਲੈ ਕੇ ਪੂਰੇ ਚੇਤਨ ਹੁੰਦੇ ਆ ਮਹਿਸੂਸ ਵੀ ਕਰਦੇ ਹਾਂ ਅੰਦਾਜ਼ਾ ਅਸੀਂ ਲਗਾ ਲੈਂਦੇ ਆ ਕਿ ਇਹ ਬੰਦਾ ਇਸ ਉਮਰ ਦਾ ਹੈ ਇਹ ਬੰਦਾ ਇਸ ਲਿੰਗ ਦਾ ਹੈ ਠੀਕ ਹੈ ਤਾਂ ਪੂਰੇ ਅਸੀਂ ਚੇਤਨ ਹੁੰਦੇ ਆ ਕਿ ਸਾਡਾ ਤੇ ਇਹਦਾ ਡਿਫਰੈਂਸ ਕੀ ਹੈ ਠੀਕ ਹੈ ਅਸੀਂ ਹੁਣ ਦੇਖੋ ਜਿਹੜਾ ਗਰੀਬ ਬੰਦਾ ਹੁੰਦਾ ਅਸੀਂ ਉਸ ਤੋਂ ਦੂਰ ਰਹਿੰਦੇ ਆ ਠੀਕ ਹੈ ਸਮਾਜ ਦਾ ਹੀ ਨਿਯਮ ਹੈ ਹਾਲਾਂਕਿ ਬਹੁਤ ਸਾਰੇ ਜਿਹੜੇ ਹੈਗੇ ਨੇ ਵੈਸੇ ਤਾਂ ਆਪਾਂ ਵੀ ਮਿਡਲ ਕਲਾਸ ਦੇ ਆ ਤਾਂ ਮਿਡਲ ਕਲਾਸ ਦੇ ਨਾਲ ਹੀ ਬਣਾ ਕੇ ਰੱਖਦੇ ਆ ਹੈਨਾ ਤਾ ਮਤਲਬ ਉਮਰ ਦੇ ਕੇ ਅਸੀਂ ਅੰਦਾਜ਼ਾ ਲਾ ਲੈਨੇ ਕਿ ਭਈ ਇਹ ਜਿਹੜਾ ਹੈ ਇਸ ਨੂੰ ਕਾਫੀ ਕੁਝ ਪਤਾ ਹੋਊਗਾ ਹਨਾ ਇਹ ਜਿਹੜਾ ਹੈਗਾ ਅਨੁਭਵੀ ਵਿਅਕਤੀ ਹੈ ਹਨਾ ਅਗਰ ਕੋਈ ਸਲਾਹ ਲੈਣੀ ਹੈ ਅਸੀਂ ਇਸ ਤੋਂ ਲੈ ਸਕਦੇ ਹਾਂ ਤਾਂ ਪੂਰੀ ਚੇਤਨ ਪਰਿਕਿਰਿਆ ਹੈ ਅਤੇ ਸਾਨੂੰ ਆਪਣੇ ਡਿਫਰੈਂਸਸ ਦਾ ਪਤਾ ਹੁੰਦਾ ਹੈ ਕਿ ਸਾਡੇ ਤੇ ਬੰਦਾ ਕਿੱਦਾਂ ਲੱਗਿਆ ਹੈ ਇਹਦੇ ਨਾਲ ਕਿੱਦਾਂ ਆਪਾਂ ਡੀਲ ਕਰਨਾ ਕੁਦਰਤੀ ਪਰਿਕਿਰਿਆ ਸਮਾਜਿਕ ਵਿਭੇਦੀਕਰਨ ਦੀ ਪ੍ਰਕਿਰਿਆ ਹਰ ਸਮਾਜ ਵਿੱਚ ਕੁਦਰਤੀ ਰੂਪ ਤੋਂ ਮੌਜੂਦ ਹੁੰਦੀ ਹੈ ਹਰੇਕ ਜੀਵ ਜੰਤੂ ਇੱਕ ਦੂਜੇ ਤੋਂ ਭਿੰਨ ਹੈ ਤੁਸੀਂ ਮਨੁੱਖਾਂ ਨੂੰ ਹੀ ਦੇਖੋ ਹਰੇਕ ਮਨੁੱਖ ਜਿਹੜਾ ਹੈ ਇੱਕ ਦੂਜੇ ਤੋਂ ਭਿੰਨ ਹੈ ਪੈਸੇ ਦੇ ਨਾਮ ਦੇ ਉੱਤੇ ਵਖਰੇਵੇਂ ਠੀਕ ਹੈ ਲਿੰਗ ਨੂੰ ਦੇਖ ਲਓ ਵਖਰੇਵੇਂ ਸਥਿਤੀ ਵਿਵੱਖਰੀ ਵੱਖਰੀ ਹੈ ਸਿੱਖਿਆ ਦੇ ਆਧਾਰ ਤੇ ਵੀ ਹਰ ਕੋਈ ਵਿਅਕਤੀ ਜਿਹੜਾ ਹੈ ਵੱਖਾ ਉਹ ਵੱਖਰਾ ਹੈ ਤੇ ਸਮਾਜ ਵਿੱਚ ਵੀ ਭੇਦੀਕਰਨ ਪਾਇਆ ਜਾਂਦਾ ਹੈ ਨਿਰਪੱਖ ਪ੍ਰਕਿਰਿਆ ਵਿਭੇਦੀਕਰਨ ਦੀ ਪ੍ਰਕਿਰਿਆ ਜਿਹੜੀ ਨਿਰਪੱਖ ਹੈ ਬਾਇਸ ਲੈਸ ਹੁੰਦੀ ਆ ਕਿਉਂਕਿ ਇਹ ਵਿਭੇਦੀਕਰਨ ਦੀ ਪ੍ਰਕਿਰਿਆ ਦੇ ਵੀ ਸੋਸ਼ਲ ਡਿਫਰੈਂਸ਼ੀਏਸ਼ਨ ਦੇ ਵਿੱਚ ਸਮਾਜ ਨੂੰ ਵੱਖ-ਵੱਖ ਅਧਾਰਾਂ ਵਿੱਚ ਵੰਡਿਆ ਜਾਂਦਾ ਹੈ ਲਿੰਗ ਦੇ ਆਧਾਰ ਤੇ ਅਗਰ ਅਸੀਂ ਡਿਫਰੈਂਸ਼ੀਏਸ਼ਨ ਕਰੀਏ ਤਾਂ ਇਹ ਸਾਨੂੰ ਨਹੀਂ ਦੱਸੇਗਾ ਕਿ ਔਰਤਾਂ ਦਾ ਵਰਗ ਜਿਹੜਾ ਹੈ ਮਹੱਤਵਪੂਰਨ ਹੈ ਕਿ ਮਰਦਾਂ ਦਾ ਤਾਂ ਜਿਹੜੀ ਹੈ ਇੱਕ ਨਿਰਪੱਖ ਪ੍ਰਕਿਰਿਆ ਹੈਗੀ ਹੈ ਇਹ ਬਾਇਸ ਲੈਸ ਹੈ ਠੀਕ ਹੈ ਸਮੂਹਿਕ ਪ੍ਰਕਿਰਿਆ ਹੈਗੀ ਹੈ ਕਿਉਂਕਿ ਸਾਰੇ ਵਿਅਕਤੀ ਜਾਣਦੇ ਨੇ ਕਿ ਉਹ ਇੱਕ ਦੂਜੇ ਤੋਂ ਭਿੰਨੇ ਅਤੇ ਸਮਾਜਿਕ ਵਿਭੇਦੀ ਕਰਨ ਦੀ ਪ੍ਰਕਿਰਿਆ ਪੂਰੇ ਸਮਾਜ ਨੂੰ ਸਥਿਤੀ ਯੋਗਤਾ ਗਿਆਨ ਆਦਿ ਦੇ ਆਧਾਰ ਤੇ ਸਮੂਹ ਚ ਵੰਡਦੀ ਹੈ ਇਸ ਸਮਾਜ ਦੀ ਵੀ ਪਿੰਤਾਵਾਂ ਦਾ ਵਰਣਨ ਕਰਦੀ ਹੈ ਜਿਸ ਨਾਲ ਸਮਾਜ ਵਿੱਚ ਕਿਸੇ ਵੀ ਪ੍ਰਕਾਰ ਦੀ ਉੱਚਤਾ ਨੀਚਤਾ ਨਹੀਂ ਉਤਪਨ ਹੁੰਦੀ ਵਿਭੇਦੀ ਕਰਨ ਦੀ ਪ੍ਰਕਿਰਿਆ ਬਿਨਾ ਸਮਾਜ ਦੇ ਵੱਖ-ਵੱਖ ਕੰਮਾਂ ਦੀ ਵੰਡ ਕਰਨੀ ਅਸੰਭਵ ਹੈ ਹੁਣ ਦੇਖੋ ਅਗਰ ਵੀ ਲੈਟ ਅਸ ਸੇ ਕਿ ਵਿਭੇਦੀ ਕਰਨ ਸਮਾਜ ਵਿੱਚ ਨਹੀਂ ਹੈ ਤਾਂ ਆਪਾਂ ਨੂੰ ਇਹ ਨਹੀਂ ਪਤਾ ਹੋਏਗਾ ਕਿ ਕਿਹੜਾ ਕੰਮ ਕਿਹੜਾ ਕਰ ਹੁਣ ਦੇਖੋ ਬੋਝ ਭਾਰ ਦਾ ਕੰਮ ਆਪਾਂ ਲੜਕੀਆਂ ਨੂੰ ਨਹੀਂ ਦਿੰਦੇ ਠੀਕ ਹੈ ਤਾਂ ਇਸ ਲਈ ਇਹ ਹੈ ਕਿ ਲੜਕੇ ਜਿਹੜੇ ਨੇ ਬੋਝ ਪਾਰਦਾ ਭਾਰ ਚੁੱਕਣ ਦਾ ਕੰਮ ਕਰਦੇ ਨੇ ਜੁੜਾ ਵੀ ਮਸਕুলਰ ਕੰਮ ਹੈਗਾ ਉਹ ਮਰਦ ਕਰਦੇ ਨੇ ਹੁਣ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਵੀ ਬਜ਼ੁਰਗ ਲੋਕ ਹੈ ਉਹ ਵੀ ਜਿਹੜਾ ਹੈਗਾ ਥੋੜਾ ਬੋਤਾ ਸਬਜੀ ਚੀਰਨ ਦਾ ਕੰਮ ਕਈ ਸਵਾਨੀਆਂ ਜਿਹੜੀਆਂ ਬਜ਼ੁਰਗ ਮਾਤਾਵਾਂ ਹੁੰਦੀਆਂ ਨੇ ਕਰ ਦਿੰਦੀਆਂ ਨੇ ਜੇ ਆਪਾਂ ਉਹਨਾਂ ਨੂੰ ਕਹੀਏ ਵੀ ਆਪਾਂ ਬਹੁਤ ਮੋٹے ਮੋٹے ਕੱਪੜੇ ਉਹਨਾਂ ਤੋਂ ਤੁਲਵਾਣੇ ਤਾਂ ਇਦਾਂ ਦਾ ਤਾਂ ਉਹ ਨਹੀਂ ਸਕਦਾ ਨਾ ਤਾਂ ਸਮਾਜ ਦੇ ਵਿੱਚ ਜਿਹੜੇ ਬੰਦੇ ਦਾ जिम्मेदार रुतबा ਜਿਵੇਂ ਦੀ ਸਥਿਤੀ ਹੈਗੀ ਉਸ ਨੂੰ ਉਹਦੇ ਅਕੋਰਡਿੰਗ ਵਕਰੀ ਵਿੱਚ ਰੱਖਿਆ ਜਾਂਦਾ ਸੋ ਏ ਸੀ ਅੱਜ ਦਾ ਵੀਡੀਓ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ थैंक यू so much okay.